Z5 ऐप डाउनलोड करो ते देखो पूरे एपिसोड बिल्कुल फ्री। इन्हां नूं तो पता भी नहीं है कि मैं केड़ी खेड खेड रही हूं। ते मैनूं पता है रीटा इत्थे यही जानने लिए आई सी। किटी जी, मैं चाहनी कि तुसी जैस्मिन दे ना 24 घंटे अंग संग रहो, उहदी हर एक चीज ते नजर रखो। ਉਹ ਕਦੋਂ ਕੀ ਕਰਦੀ ਹੈ, ਕਿੱਥੇ ਜਾਂਦੀ ਹੈ, ਕਿਹਦੇ ਨਾਲ ਗੱਲ ਕਰਦੀ ਹੈ, ਕਿਹਨੂੰ ਮਿਲਦੀ ਹੈ। ਮੈਂ ਚਾਹੁੰਦੀ ਹਾਂ ਉਹਦੀ ਹਰ ਇੱਕ ਚੀਜ਼ ਦੀ ਖਬਰ ਸਾਨੂੰ ਹੋਣੀ ਚਾਹੀਦੀ। ਮਤਲਬ ਤੂੰ ਚਾਹੁੰਦੀ ਹੈ ਮੈਂ CCTV ਕੈਮਰਾ ਬਣਾ ਜੀ, ਤਾਂ ਕਿ ਉਸ ਜੈਸਮਿਨ ਦੀ 24 ਘੰਟੇ ਦੀਆਂ ਕਾਰਗੁਜ਼ਾਰੀਆਂ ਮੇਰੇ ਤੱਕ ਆ ਸਕਣ। ਠੀਕ ਹੈ ਨਿਆਨ, ਮੈਂ ਇਸ ਮਿਸ਼ਨ ਨੂੰ ਜੀ ਜਾਨ ਨਾਲ ਪੂਰਾ ਕਰਾਂਗੀ। ਮੈਂ ਕੱਲ੍ਹ ਹੀ ਡਾਕਟਰ ਨੂੰ ਘਰ ਬੁਲਾ ਕੇ ਇਸ ਜੈਸਮਿਨ ਦੀ ਜਾਂਚ ਕਰਾਵਾਂਗੀ, ਤਾਂ ਕਿ ਜ਼ਿਆਦਾ ਦੇਰ ਤੱਕ ਸਾਡੇ ਘਰ 'ਚ ਟਿਕ ਨਾ ਸਕੇ। ਕਿਉਂਕਿ ਜਿੰਨੀ ਦੇਰ ਸਾਡੇ ਘਰ ਰਹੇਗੇ ਨਾ, ਉਨੀ ਦੇਰ 'ਚ ਮੰਮੀ ਜੀ ਦੇ ਨਾਲ ਰਲ ਕੇ ਸਾਨੂੰ ਹੋਰ ਤਕਲੀਫ ਦੇਵੇਗੀ। ਜੈਸਮਿਨ, ਤੂੰ ਇੱਥੇ ਆ ਤਾਂ ਗਈ ਹੈ, ਇਹ ਦੱਸ ਕਿ ਬੱਚਾ ਕਿੱਥੋਂ ਲੈ ਕੇ ਆਈ? ਤੁਹਾਨੂੰ ਕੀ ਲੱਗਦਾ जे मैं इन्ना वड्डा खेड शुरू किया, मैं ये नहीं पता होएगा कि मैं बच्चा कितों लेके आवांगी? जैसमीन, बच्चा लियाना कोई सब्जी खरीदने के बराबर नहीं है कि मंडी गए तो चुक लाए। जे तू कल अपने आप को प्रैगनेंट साबित ना कर सकी तो तेरा सारा प्लैन कल ही फेल हो जाए। और जे कि डॉक्टर ने यह कह दिता कि तू ये सब ड्रामा कर रही है, फिर तो तेनों जेल जाना पै सकता। जैसमिन, भूल ना, नयन ने तेरे अगे यही शर्त रखी है। पर जे तू गलत हुई तो फिर तू आप अपने सारे गुनाह कबूल करके जेल विच जाएंगे। तू कौन? मैं खामखा? एक गल समझ नहीं आती, गल मेरी ते नयन दी है, फिर तुसी इत्थे मैनूं धमकी देन क्यों आया? मैं तैनूं धमका नहीं रही, समझा रही हूँ कि यह खेड तू मेरे बिना कल्ली नहीं खेड सकती। नाले वो हिडन कैमरा तेरे लिए नहीं सी, वो कैमरा तो नयन लिए सी। मैं उस नयन नूं अपनी अखां दे सामने मरदे हुए वेखना चाहती सी। ਇਹਨੂੰ ਲੱਗਦਾ ਹੈ ਕਿ ਮੈਂ ਪੌਂਪੀ ਹਾਂ ਜਿਹੜਾ ਅੱਖਾਂ ਬੰਦ ਕਰਕੇ ਇਹਦੀਆਂ ਗੱਲਾਂ 'ਤੇ ਭਰੋਸਾ ਕਰ ਲਾਂਗੀ। ਤੁਸੀਂ ਆਪਣਾ ਕੰਮ ਕਰੋ ਤਾਂ ਮੈਨੂੰ ਆਪਣਾ ਕੰਮ ਕਰਨ ਦਿਓ। ਜਦੋਂ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੋਏਗੀ ਨਾ, ਮੈਂ ਆਪਣੇ ਆਪ ਤੁਹਾਡੇ ਕੋਲ ਆ ਜਾਂਦੀ। ਫਿਲਹਾਲ ਮੈਨੂੰ ਆਰਾਮ ਕਰਨ ਦਿਓ, ਤੁਸੀਂ ਜਾ ਸਕਦੇ ਹੋ। ਜੈਸਮਿਨ, ਕਿਤੇ ਮਦਦ ਮੰਗਣ 'ਚ ਦੇਰ ਨਾ ਹੋ ਜਾਏ। ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੈ ਕਿ ਮੈਂ ਕਿਹੜੀ ਖੇਡ ਖੇਡ ਰਹੀ ਹਾਂ। ਅਤੇ ਮੈਨੂੰ ਪਤਾ ਕਿ ਰੀਟਾ ਇੱਥੇ ਇਹੀ ਜਾਣਨ ਲਈ ਆਈ ਸੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।